ਹਾਂਜੀ, ਕੀ ਨਾਮ ਹੈ ਜੀ ਆਪਣਾ, ਤੁਸੀਂ ਕਿੱਥੇ ਰਹਿ ਰਹੇ ਹੋ, ਕੀ ਦਿੱਕਤ ਆ ਰਹੀ ਹੈ, ਕਿਆ ਸਮੱਸਿਆ ਆ ਰਹੀ ਹੈ ਆਪਕੋ? ਮੇਰਾ ਨਾਮ ਮਲਦੀਪ ਕੌਰ ਹੈ ਜੀ। ਹਾਂਜੀ, ਹਮ ਯਹਾਂ ਰਹਿ ਰਹੇ ਫਲੈਟ ਮੇ। ਕਿਤਨੇ ਸਮੇਂ ਸੇ ਰਹਿ ਰਹੇ ਆਪ? ਹਮੇ ਹੋ ਗਏ 4 ਸਾਲ। ਕੌਨ ਸੀ ਯੋਜਨਾ ਕੇ ਤਹਿਤ ਯੇ ਮਿਲੇ ਹੋਏ ਆਪ? ਪ੍ਰਧਾਨ ਮੰਤਰੀ ਯੋਜਨਾ ਸੇ। ਕਿਆ ਸਮੱਸਿਆ ਕਿਆ ਆ ਰਹੀ ਹੈ ਆਪਕੋ? ਯਹਾਂ ਸਰ ਪਾਣੀ ਕੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ, ਸੀਵਰੇਜ ਕੀ ਦਿੱਕਤ ਆ ਰਹੀ ਹੈ, ਔਰ ਯਹਾਂ ਗੰਦਗੀ ਬਹੁਤ ਜ਼ਿਆਦਾ ਹੈਗੀ। ਕਿਆ ਆਪਨੇ ਕਿਸੀ ਵਿਭਾਗ ਸੇ ਸੰਪਰਕ ਕੀਆ ਹੈ? ਹਾਂਜੀ ਸਰ, ਸਾਰੀ ਜਗ੍ਹਾ ਜਾ ਕੇ ਸਭ ਕੋ ਇਤਲਾਹ ਕਰੀ ਹਮਨੇ, ਕਿਸੀ ਨੇ ਸੁਣਵਾਈ ਨਹੀਂ ਕੀ ਹੈ। ਕਿਸੇ ਅਧਿਕਾਰੀ ਕਾ ਨਾਮ ਬਤਾਨਾ ਚਾਹੇਂਗੇ ਕਿਸਨੇ ਆਪਕੀ ਸੁਣਵਾਈ ਨਹੀਂ ਕੀ? ਡੀਸੀ ਸਾਹਿਬ ਨੇ ਗਏ ਹੈ ਜੀ, ਔਰ ਡੀਸੀ ਸਾਹਿਬ ਨੇ ਜਾ ਕੇ ਪੁੱਡਾ ਤੇ ਜਾ ਕੇ ਆਇਆ ਜੀ। ਡੀਸੀ ਸਾਹਿਬ ਕੇ ਪਾਸ ਕਬ ਗਏ ਥੇ ਆਪ? ਹੋ ਗਏ 5-6 ਮਹੀਨੇ। ਅੱਛਾ, ਉਸ ਕਾਫੀ ਵੀ ਦੇਖ ਕੇ ਸੀ ਜੀ। ਉਸਕੇ ਬਾਅਦ ਕੋਈ ਐਕਸ਼ਨ ਹੁਆ ਹੋ? ਕੋਈ ਐਕਸ਼ਨ ਨਹੀਂ ਹੋਇਆ ਜੀ, ਪੁੱਛਿਆ ਹੀ ਕਿਸੇ ਨੇ ਜੀ। ਪੁੱਡਾ ਜੀ ਤਾਂ ਪਤਾ ਨਹੀਂ ਕਿੰਨੀ ਵਾਰੀ ਕਹਿ ਰਹੇ ਜੀ, ਚੰਡੀਗੜ੍ਹ ਤੱਕ ਜਾ ਰਹੇ ਜੀ। ਚੰਡੀਗੜ੍ਹ ਜਿਹੜੀ ਮੈਡਮ ਆ ਉੱਥੇ ਬੜੀ ਪੁੱਡਾ ਦੀ ਜੀ। ਤੁਹਾਡਾ ਜੀ ਕੀ ਦਿੱਕਤ ਆ ਰਹੀ ਹੈ ਇਸ ਇਲਾਕੇ 'ਚ, ਕਦੋਂ ਤੋਂ ਰਹਿ ਰਹੇ ਹੋ ਤੁਸੀਂ? ਹਾਂਜੀ, ਅਸੀਂ ਵੀਰ ਜੀ ਉੱਥੇ 4 ਸਾਲਾਂ ਤੋਂ ਹੀ ਰਹਿ ਰਹੇ ਹਾਂਗੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਦੀਪ ਸਿੰਘ ਹੈ। ਅਤੇ ਕਦੋਂ ਤੁਹਾਨੂੰ ਇਹ ਫਲੈਟ ਮਿਲੇ ਸੀ, ਔਰ ਕਿਹੜੀ ਯੋਜਨਾ ਤਹਿਤ ਤੁਹਾਨੂੰ ਫਲੈਟ ਮਿਲੇ ਹੋਏ ਨੇ? ਇਹ ਸਾਨੂੰ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫਲੈਟ ਮਿਲੇ ਹੋਏ ਨੇ, ਸਾਨੂੰ ਇਹ 2018 'ਚ ਅਲਾਟ ਹੋਏ ਸੀਗੇ ਜੀ। ਅਤੇ ਦਿੱਕਤ ਕਦੋਂ ਤੋਂ ਆ ਰਹੀ ਹੈ, ਔਰ ਕੀ ਦਿੱਕਤ ਆ ਰਹੀ ਹੈ? ਦਿੱਕਤ ਆ ਰਹੀ ਹੈ ਸਾਨੂੰ ਪਾਣੀ ਅਤੇ ਸੀਵਰੇਜ ਦੀ ਸਪਲਾਈ ਦੀ ਦਿੱਕਤ ਆ ਰਹੀ ਹੈ ਕਿ ਸੀਵਰੇਜ ਬੰਦ ਪਿਆ ਹੈਗਾ ਜੀ, ਆਲੇ ਦੁਆਲੇ ਪਾਣੀ ਹੋਇਆ ਪਿਆ ਹੈਗਾ, ਇੱਥੇ ਮੱਛਰ ਵਗੈਰਾ ਸਾਰਾ ਕੁਛ ਹੋਇਆ ਪਿਆ ਜੀ। ਅਤੇ ਪਾਣੀ ਦੇ ਸੀਵਰੇਜ ਬਿੱਲ ਜਿਹੜਾ ਹੈ ਉਹ ਵੀ ਪੇ ਕਰਨਾ ਪੈਂਦਾ ਤੁਹਾਨੂੰ ਕੀ? ਹਾਂਜੀ ਹਾਂਜੀ ਹਾਂਜੀ, ਪਹਿਲਾਂ ਤਾਂ ਇਹ ਸ਼ੁਰੂ 'ਚ ਮਾਫ਼ ਸੀਗਾ ਜੀ, ਪਰ 2 ਸਾਲ ਬਾਅਦ ਸਾਨੂੰ ਦਿੱਕਤ ਆਉਣ ਲੱਗ ਗਈਆਂ ਜਦੋਂ ਬਿੱਲ ਉਹਨਾਂ ਨੇ ਸਾਨੂੰ ਇਕੱਠਾ ਦੇ ਦਿੱਤਾ ਜੀ। ਕਿੰਨਾ ਬਿੱਲ ਦਿੱਤਾ ਸੀਗਾ ਸਰ? ਹੁਣ ਉਹਨਾਂ ਨੇ ਅਮਾਊਂਟ ਬਹੁਤ ਜ਼ਿਆਦਾ ਗਈ, ਸੁਵਿਧਾ ਕੋਈ ਨਹੀਂ ਹੈ। ਸੁਵਿਧਾ ਕੋਈ ਨਹੀਂ ਹੈਗੀ, ਪਹਿਲਾਂ ਸਾਨੂੰ ਇਕੱਲੇ ਨੂੰ ਬਿੱਲ ਆਉਂਦਾ ਸੀਗਾ। ਅਤੇ ਸ਼ਿਕਾਇਤ ਦੇਣ ਵਾਸਤੇ ਤੁਹਾਨੂੰ ਕਿੱਥੇ ਜਾਣਾ ਪੈਂਦਾ? ਸਾਨੂੰ ਸ਼ਿਕਾਇਤ ਦੇਣ ਵਾਸਤੇ ਜੀ ਪੁੱਡਾ 'ਚ ਜਾਣਾ ਪੈਂਦਾ ਗਾ। ਔਰ ਉਹਦੀ ਕਿੰਨੀ ਦੂਰ ਪੈਂਦਾ ਉਹ? ਸਰ ਉਹ ਤੋਂ ਪੈ ਜਾਂਦਾ ਸਾਨੂੰ 10-12 ਕਿਲੋਮੀਟਰ ਪੈ ਜਾਂਦਾ। ਉਸ ਤੋਂ ਬਾਅਦ ਕੋਈ ਅਫਸਰ ਆਇਆ ਉਰੇ, ਕੋਈ ਮੁਲਾਜ਼ਮ ਆਇਆ? ਸਰ ਆਉਂਦੇ ਨੇਗੇ ਤਾਂ ਬਸ ਉਹ ਇਹੀ ਕਹਿ ਕੇ ਜਾਂਦੇ ਨੇਗੇ ਵੀ ਤੁਸੀਂ ਆਪਣਾ ਇਕੱਠੇ ਹੋ ਕੇ ਸਾਰੇ ਜਣੇ ਬਿੱਲ ਭਰੋ, ਇਕੱਠੇ ਹੋ ਕੇ ਬਿੱਲ ਤਾਂ ਭਰੀਏ ਜੇ ਉਰੇ ਫਲੈਟ ਪੂਰੇ ਚੜ੍ਹੇ ਹੋਣ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਅਰੁਣ ਕੁਮਾਰ ਨਾਮ ਹੈ ਜੀ। ਕਿੰਨੀ ਦੇਰ ਤੋਂ ਰਹਿ ਰਹੇ ਤੁਸੀਂ ਉਰੇ ਫਲੈਟ 'ਚ? 4-4 ਸਾਲ ਤੋਂ ਰਹਿ ਰਹੇ ਹੋ। ਸਮੱਸਿਆ ਕੀ ਆ ਰਹੀ, ਦਿੱਕਤ? ਸਮੱਸਿਆ ਤੁਹਾਡੇ ਸਾਹਮਣੇ ਹੀ ਹੈ, ਤੁਸੀਂ ਦੇਖ ਸਕਦੇ ਹੋ ਸਾਡੇ ਸੀਵਰੇਜ ਦਾ ਪਾਣੀ, ਗੰਦਾ ਪਾਣੀ ਸਾਰਾ ਬਾਹਰ ਆ ਰਿਹਾ, ਜਿਹਦੇ ਨਾਲ ਬੱਚੇ ਖੇਡਣ 'ਚ ਪ੍ਰੋਬਲਮ ਆ ਰਹੀ ਹੈ, ਨਾ ਉਰੇ ਕੋਈ ਪਾਰਕ ਹੈ ਖੇਡਣ ਵਾਸਤੇ, ਨਾ ਉਰੇ ਕੋਈ ਪਾਣੀ ਦੀ ਸੁਵਿਧਾ ਚੰਗੀ ਮਿਲ ਰਹੀ ਹੈਗੀ ਹੈ। ਕੋਈ ਬਿਮਾਰ ਵੀ ਹੋਇਆ ਇਹਨਾਂ ਗੰਦਗੀ ਦੇ ਮਾਹੌਲ ਦਾ? ਬਿਮਾਰ ਹੋ ਰਹੇ ਨੇ, ਬੱਚੇ ਹੋ ਰਹੇ ਨੇ, ਉਰੇ ਦੇਖੋ ਬੱਚੇ ਹੈਗੇ ਨੇ, ਖੇਡਣ ਨੂੰ ਪ੍ਰੋਬਲਮ ਆ ਜਾਂਦੀ ਹੈ ਬੱਚਿਆਂ ਦੀ ਵੀ। ਕੋਈ ਲਿਖਤ 'ਚ ਸ਼ਿਕਾਇਤ ਕਿਸੇ ਡਿਪਾਰਟਮੈਂਟ ਨੂੰ ਦਿੱਤੀ ਹੈ ਤੁਸੀਂ? ਪੁੱਡਾ ਨੂੰ ਦਿੱਤੀ ਹੋਈ ਹੈ, ਚੰਡੀਗੜ੍ਹ ਦਿੱਤੀ ਹੋਈ ਹੈ, ਕਾਫੀ ਅਫਸਰ। ਕਿੰਨਾ ਸਮਾਂ ਹੋ ਗਿਆ ਸ਼ਿਕਾਇਤ ਦਿੱਤੀ ਨੂੰ? ਹਾਂਜੀ, ਸ਼ਿਕਾਇਤ ਦਿੱਤੀ ਨੂੰ ਕਿੰਨਾ ਸਮਾਂ ਹੋ ਗਿਆ? 6 ਮਹੀਨੇ ਤੋਂ ਹੋ ਗਿਆ ਜੀ। ਕੋਈ ਸੁਣਵਾਈ? ਕੋਈ ਸੁਣਵਾਈ ਨਹੀਂ ਹੁੰਦੀ ਹੈਗੀ। ਕੀ ਨਾਮ ਹੈ ਜੀ ਆਪਣਾ? ਮੇਰਾ ਸਹਿਜੀਤ ਕੌਰ ਜੀ। ਕਿੰਨੇ ਸਮੇਂ ਤੋਂ ਰਹਿ ਰਹੇ ਤੁਸੀਂ ਉਰੇ? ਅਸੀਂ ਸਾਨੂੰ 4 ਸਾਲ ਹੋ ਗਏ ਜੀ। ਕਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਇਸ ਵੇਲੇ? ਪੁੱਡਾ ਦੇ ਅੰਡਰਾਂ ਦੀ ਹੈਗੇ ਆ, ਪ੍ਰਧਾਨ ਮੰਤਰੀ ਸ਼ਹਿਰੀ ਯੋਜਨਾ ਦੇ ਅਧੀਨ ਸਾਨੂੰ ਕੁਆਟਰ ਮਿਲੇ ਨੇ। ਇਹ ਸਾਰੇ 25-25 ਗੱਜ 'ਚ ਸਾਨੂੰ ਕੁਆਟਰ ਮਿਲੇ ਹੋਏ ਨੇ, ਅਤੇ ਇਹਨਾਂ ਦੇ ਵਿੱਚ ਸਾਨੂੰ ਇਹ ਕਹਿੰਦੇ ਨੇ ਸਾਨੂੰ ਸੀਵਰੇਜ ਦਾ ਬਿੱਲ ਪੇ ਕਰੋ ਅਤੇ ਸਟਰੀਟ ਲਾਈਟਾਂ ਦਾ ਬਿੱਲ ਪੇ ਕਰੋ। ਇਹ ਕੌਣ ਕਹਿੰਦਾ ਤੁਹਾਨੂੰ? ਇਹ ਪੁੱਡਾ ਵਾਲੇ ਕਹਿੰਦੇ ਨੇ ਜੀ। ਅੱਛਾ, ਅਤੇ ਹਾਲਾਤ ਕੀ ਨੇ ਇਸ ਵੇਲੇ? ਹਾਲਾਤ ਸਾਡੇ ਬਹੁਤ ਬੁਰੇ ਹਾਲ ਨੇ ਜੀ। ਗਰੀਬੀ ਰੇਖਾ ਤੋਂ ਸਾਨੂੰ ਹੇਠੇ ਕੁਆਟਰ ਮਿਲੇ ਹੋਏ ਨੇ, ਅਤੇ ਉਸ ਦੇ ਵੀ ਵਿੱਚ ਅਸੀਂ ਜੇ ਗਰੀਬੀ ਰੇਖਾ ਤੋਂ ਹੇਠ ਸਾਨੂੰ ਕੁਆਟਰ ਦਿੱਤੇ ਗਏ ਨੇ, ਤਾਂ ਅਸੀਂ ਬਿੱਲ ਕਿੱਥੋਂ ਭਰੀਏ? ਅਸੀਂ ਬੱਚੇ ਪਾਲੀਏ ਜਾਂ ਬਿੱਲ ਭਰੀਏ? ਹੁਣ ਦੇਖੋ ਸਾਡਾ 3 ਮਹੀਨੇ ਹੋ ਗਏ, ਆਹ ਦੇਖੋ ਸੀਵਰੇਜ ਦਾ ਸਾਡਾ ਬੁਰਾ ਹਾਲ ਹੈ, ਘਰਾਂ ਦੇ ਅੰਦਰ ਵੜ ਕੇ ਦੇਖ ਲਓ ਫਲੱਸ਼ਾਂ ਦਾ ਬੁਰਾ ਹਾਲ ਹੈ, ਸਾਰਾ ਬੁਰਾ ਹਾਲ ਹੋਇਆ ਪਿਆ ਜੀ। ਹਾਂ, ਪੈਪ ਟੁੱਟੇ ਹੋਏ, ਜਿਹੜੀ ਚੀਜ਼ ਟੁੱਟਦੀ ਆ ਕਹਿੰਦੇ ਤੁਸੀਂ ਕਰਵਾਉਣਾ, ਜੋ ਕੁਛ ਕਰਵਾਉਣਾ ਤੁਸੀਂ ਕਰਵਾਉਣਾ ਜੀ, ਸਾਰਾ ਸਾਡੇ ਹਵਾਲੇ ਕਰਤਾ। ਕਹਿੰਦੇ ਆਪਣੀ ਕਮੇਟੀਆਂ ਬਣਾਓ, ਮੈਂਬਰੀਆਂ ਬਣਾਓ, ਅਤੇ ਆਪ ਤੁਸੀਂ ਆਪ ਉਹ ਕਰੋ। ਜੇ ਅਸੀਂ ਕੁਛ ਕਰਦੇ ਹਾਂ ਤਾਂ ਕਹਿੰਦੇ ਸਾਡਾ ਹੱਕ ਹੈ, ਪੁੱਡਾ ਵਾਲੇ ਕਹਿੰਦੇ ਆ ਸਾਡੇ ਅੰਡਰ ਹੈ, ਜਦੋਂ ਬਿੱਲ ਭਰਨ ਦੀ ਵਾਰੀ ਆਉਂਦੀ ਹੈ ਤਾਂ ਕਹਿੰਦੇ ਤੁਸੀਂ ਭਰਨੇ ਆ ਬਿੱਲ,
ਇਹ ਕਿੰਨੀ ਦੇਰ ਤੋਂ ਸਮੱਸਿਆ ਆ ਰਹੀ ਹੈ ਤੁਹਾਨੂੰ? ਸਾਨੂੰ 6 ਮਹੀਨੇ ਹੋ ਗਏ ਜੀ, ਪਹਿਲਾਂ ਤਾਂ ਸਾਲ ਹੀ ਹੋ ਗਿਆ, ਪਹਿਲਾਂ ਇਹਨਾਂ ਨੇ ਪਾਣੀ ਬੰਦ ਕੀਤਾ ਜੀ, ਹੁਣ ਦੇਖੋ ਸੀਵਰੇਜ ਬੰਦ ਹੋਇਆ, 3 ਮਹੀਨੇ ਹੋ ਗਏ, 4 ਅਸੀਂ ਆਹ ਗੰਦਗੀ 'ਚ ਜੂਝ ਰਹੇ ਹਾਂ, ਆਹ ਗੰਦਗੀ 'ਚ ਜੀ ਰਹੇ ਹਾਂ, ਬੱਚੇ ਸਾਡੇ ਬਿਮਾਰ ਹੋ ਰਹੇ ਨੇ, ਬਜ਼ੁਰਗ ਸਾਡੇ ਬਿਮਾਰ ਹੋ ਰਹੇ ਨੇ, ਇੱਥੇ ਮੱਝਾਂ ਗਾਵਾਂ ਸਾਰੇ ਇੱਥੇ ਰੁਲਦੇ ਨੇ ਜੀ ਆ ਕੇ, ਇੱਥੇ ਗੰਦਗੀ ਫੈਲਾਈ ਪਈ ਆ, ਆਹ ਦੇਖੋ ਇੱਧਰ ਦੇਖੋ ਜੀ, ਆਹ ਦੇਖੋ ਕੀ ਹਾਲ ਆ, ਪੈਪ ਟੁੱਟਿਆ ਹੋਇਆ, ਅੱਗੇ ਜਾ ਕੇ ਦੇਖੋ ਪੈਪ ਟੁੱਟਿਆ, ਉਹ ਦੇਖੋ ਸਾਰਾ ਪਾਣੀ ਇੱਧਰ ਜਾ ਰਿਹਾ, ਅਤੇ ਆਲੇ ਦੁਆਲੇ ਬਿਲਡਿੰਗ ਦੇ ਆਲੇ ਦੁਆਲੇ ਜਾ ਕੇ ਦੇਖ ਲਓ ਜੀ, ਸਾਰਾ ਟੁੱਟਿਆ ਪਿਆ ਸਾਰੀ